ਸਾਰੇ ਹੀ ਮੀਡੀਆ ਦਾ ਸਵਾਗਤ ਹੈ ਜੀ। ਸੰਧੂ ਸਾਹਿਬ ਔਰ ਅੱਜ ਅਸੀਂ ਜੋ ਇਸ ਵਕਤ ਸਭ ਤੋਂ ਇੰਪੋਰਟੈਂਟ ਕਰੰਟ ਇਸ਼ੂ ਜਿਸ ਨੂੰ ਕਿ ਜਿਸ ਮੇਨ ਮੁੱਦੇ ਨੂੰ ਸਕਰਟ ਕੀਤਾ ਜਾ ਰਿਹਾ, ਲੋਕਾਂ ਦੀ ਤਵੱਜੋ ਹਟਾਉਣ ਵਾਸਤੇ ਅਕਾਲੀਆਂ ਤੇ ਕਾਂਗਰਸ ਨੇ ਇਸ ਨੂੰ ਇੱਕ ਜਿੱਦਾਂ ਖਿੱਦੋ ਖੂੰਡੀ ਦੀ ਗੇਮ ਹੁੰਦੀ ਹੈ ਔਰ ਆਪਣੀਆਂ ਰੈਲੀ ਦੀ ਪੋਲਿਟਿਕਸ ਵਿੱਚ ਇਸ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਨੂੰ ਦਬਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲਾਂ ਅਕਾਲੀਆਂ ਨੇ ਅਖੌਤੀ ਇੱਕ ਦੋ ਰੈਲੀਆਂ ਕੀਤੀਆਂ, ਕੈਪਟਨ ਸਾਹਿਬ ਨੇ ਬਜਾਏ ਕਿ ਕੋਈ ਪੁਖਤਾ ਐਕਸ਼ਨ ਲੈਣ, ਕੋਈ ਲੋਕਾਂ ਨੂੰ ਸਜ਼ਾ ਦੇਣ, FIR ਦਰਜ ਕਰਨ, ਬੰਦਿਆਂ ਨੂੰ ਫੜ ਕੇ ਅੰਦਰ ਦੇਣ, ਉਹ ਕਹਿੰਦੇ ਹੁਣ ਮੈਂ ਜਾ ਕੇ ਲੰਬੀ ਬਾਦਲਾਂ ਦੇ ਗੜ੍ਹ ਵਿੱਚ ਜਾ ਕੇ ਮੈਂ ਰੈਲੀ ਕਰੂੰਗਾ। ਸਾਨੂੰ ਤਾਂ ਇਹ ਜਾਪਦਾ ਵਾ ਕਿ ਦੋਨੋਂ ਪਾਰਟੀਆਂ ਇਸ ਮੁੱਦੇ ਤੇ ਲੋਕਾਂ ਨੂੰ ਕਾਂਗਰਸ ਅਕਾਲੀ ਦਲ ਦਾ ਇੱਕ ਮੁੱਦੇ ਦੀ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਨਾਲ ਜਿਹੜੇ ਪੱਖ ਦੇ ਮਸਲੇ ਨੇ ਪੰਜਾਬ ਦੇ, ਜਿਹਦੇ ਚ ਆਤਮ ਹੱਤਿਆਵਾਂ ਕਿਸਾਨਾਂ ਦੀਆਂ ਅੱਜ ਵੀ ਜਾ ਰਹੀ ਹੈ, ਜਿਹਦੇ ਚ ਨਸ਼ੇ ਦਾ ਅੱਜ ਵੀ ਬੋਲਬਾਲਾ ਵਾ, ਜਿਹਦੇ ਚ ਸਾਰੀ ਸਟੇਟ ਵਿੱਚ ਕਰਪਸ਼ਨ ਬਹੁਤ ਬੇਤਹਾਸ਼ਾ ਵਧੀ ਹੋਈ ਹੈ, ਲਾਅ ਐਂਡ ਆਰਡਰ ਜ਼ੀਰੋ ਆ, ਰੋਜ਼ ਕਤਲੋ ਗਾਰਤ ਹੋ ਰਹੀ ਆ ਔਰ ਬੇਰੁਜ਼ਗਾਰੀ ਅਨਇੰਪਲੋਇਮੈਂਟ ਜੋ ਉਹਦੀ ਤਿਉਂ ਖੜੀ ਆ ਬਲਕਿ ਵੱਧ ਰਹੀ ਆ ਪੰਜਾਬ ਦੇ ਵਿੱਚ। ਇਹ ਸਾਰੇ ਮਸਲਿਆਂ ਨੂੰ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਕਾਲੀ ਦਲ ਕਾਂਗਰਸ ਨੇ ਇੱਕ ਆਪਸ ਵਿੱਚ ਸਲੈਂਗਿੰਗ ਮੈਚ ਦੀ ਤਰ੍ਹਾਂ ਇੱਕ ਦਿਨ ਉਹ ਰੈਲੀ ਕਰਦੇ ਨੇ ਤੇ ਦੂਜੇ ਦਿਨ ਕਾਂਗਰਸ ਕਹਿੰਦੀ ਅਸੀਂ ਰੈਲੀ ਦਾ ਜਵਾਬ ਫਲਾਨੀ ਰੈਲੀ ਦੇ ਵਿੱਚ ਦਿਆਂਗੇ। ਇਹਦਾ ਮਤਲਬ ਜਿਹੜਾ ਵਿਧਾਨ ਸਭਾ ਦੇ ਵਿੱਚ 8 ਘੰਟੇ ਤਕਰੀਰਾਂ ਹੋਈਆਂ ਉਹ ਸਾਰੀਆਂ ਬੇਬੁਨਿਆਦ ਸੀ, ਉਹਨਾਂ ਦਾ ਕੋਈ ਆਧਾਰ ਨਹੀਂ ਸੀਗਾ। ਜੇ ਕੈਪਟਨ ਸਾਹਿਬ ਨੇ ਅਕਾਲੀ ਦਲ ਦਾ ਜਵਾਬ ਲੰਬੀ ਜਾ ਕੇ ਇੱਕ ਰੈਲੀ 'ਚ ਦੇਣਾ ਵਾ, ਇਸ ਲਈ ਸਾਡਾ ਸਭ ਦਾ ਇਹ ਮੰਨਣਾ ਵਾ ਕਿ ਇਹ ਜਿਹੜੇ ਦੋਸ਼ੀ ਲੋਕ ਨੇ ਜਿਹਨਾਂ ਲੋਕਾਂ ਦੇ ਨਾਮ ਕਲੀਅਰ ਕੱਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਆਏ ਨੇ, ਜਿਹਨਾਂ ਲੋਕਾਂ ਦੇ ਨਾਮ ਜਿਹੜੀ SIT ਪਹਿਲਾਂ ਦੀ ਬਣੀ ਹੋਈ ਸੀਗੀ RS ਖੱਟੜਾ ਦੀ, ਉਹਦੀ ਤਹਿਕੀਕਾਤ ਵਿੱਚ ਬੇਅਦਬੀ ਦੇ ਇੰਸੀਡੈਂਟਸ ਵਿੱਚ ਆਏ ਨੇ, ਉਹਨਾਂ ਦੇ ਖਿਲਾਫ ਐਕਸ਼ਨ ਕਰਨ ਤੋਂ ਗੁਰੇਜ਼ ਕਰ ਰਹੀ ਹੈ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ। ਇਸ ਲਈ ਇੱਕ ਵਾਰ ਇਸ ਅਹਿਮ ਮੁੱਦੇ ਤੇ ਫੈਸਲਾ ਕੁੰਨ ਐਕਸ਼ਨ ਹੋਵੇ, ਇਸ ਨੂੰ ਅਸੀਂ ਲੌਜੀਕਲ ਕੰਕਲੂਜਨ ਤੱਕ ਲੈ ਕੇ ਜਾ ਸਕੀਏ, ਇਸ ਨਜ਼ਰੀਏ ਦੇ ਨਾਲ ਅਸੀਂ ਸਭ ਨੇ ਮਸ਼ਵਰਾ ਕਰਕੇ ਇੱਕ ਆਲ ਪਾਰਟੀ ਆਫ ਆਲ ਲਾਈਕ ਮਾਈਂਡਡ ਪੀਪਲ ਸਲੈਸ਼ ਆਰਗਨਾਈਜੇਸ਼ਨ ਸਲੈਸ਼ ਪਾਰਟੀਜ਼ ਸਭ ਨੂੰ 21 ਤਾਰੀਖ ਨੂੰ ਠੀਕ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੱਦਾ ਦਿੱਤਾ ਵਾ। ਬਹੁਤ ਸਾਰਿਆਂ ਨਾਲ ਸਾਡੀਆਂ ਗੱਲਾਂ ਹੋ ਗਈਆਂ ਨੇ, ਬਹੁਤ ਸਾਰਿਆਂ ਨਾਲ ਗੱਲਾਂ ਚੱਲ ਰਹੀਆਂ ਕਿਉਂਕਿ ਅਪਰੋਕਸੀਮੇਟਲੀ 50 ਦੇ ਕਰੀਬ ਇੰਡੀਵਿਜੁਅਲ ਓਬਲੀਕ ਆਰਗਨਾਈਜੇਸ਼ਨ ਨੂੰ ਸੱਦਾ ਦਿੱਤਾ ਜਾ ਰਿਹਾ ਵਾ, ਜਿਹਦੇ ਵਿੱਚ ਪੋਲੀਟੀਕਲ ਲੋਕ ਵੀ ਨੇ, ਜਿਹਦੇ 'ਚ ਕੁਛ ਇੰਡੀਵਿਜੁਅਲਸ ਵੀ ਨੇ, ਜਿਹਦੇ ਵਿੱਚ SGPC ਦੇ ਉਹ ਮੈਂਬਰਸ ਨੇ ਜਿਹਨਾਂ ਦੀ ਹਲੇ ਜ਼ਮੀਰ ਜਾਗਦੀ ਆ, ਜਿਹਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਦਾ ਇਨਸਾਫ਼ ਮੋਰਚਾ ਲੈ ਕੇ ਸ਼ਾਇਦ 110ਵੇਂ ਦਿਨ 'ਚ ਦਾਖਲ ਹੋ ਚੁੱਕੇ ਨੇ, ਉਹਨਾਂ ਸਾਰਿਆਂ ਨਾਲ ਮਸ਼ਵਰਾ ਕਰਕੇ ਅਸੀਂ 21 ਤਾਰੀਖ ਨੂੰ ਇੱਕ ਨਵਾਂ ਐਕਸ਼ਨ ਪ੍ਰੋਗਰਾਮ
ਦੇਣ ਜਾ ਰਹੇ ਹਾਂ ਸਭ ਨਾਲ ਕੰਸੈਂਸਸ ਕਰਕੇ, ਸਭ ਨਾਲ ਮਸ਼ਵਰਾ ਕਰਨ ਉਪਰੰਤ ਕੋਈ ਵੱਡਾ ਐਜੂਕੇਸ਼ਨਲ ਪ੍ਰੋਗਰਾਮ ਜਿਹੜਾ ਕਿ ਅਕਤੂਬਰ ਦੇ ਮਹੀਨੇ ਦੇ ਮਿਡ ਅਕਤੂਬਰ ਦੇ ਲਾਗੇ ਬੰਨੇ ਦਿੱਤਾ ਜਾਵੇਗਾ, ਜਿਹਦੇ ਨਾਲ ਕਿ ਗਵਰਨਮੈਂਟ ਤੇ ਪ੍ਰੈਸ਼ਰ ਪਵੇ ਕਿ ਉਹ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਤੇ ਕਾਰਵਾਈ ਕਰੇ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਸੁਸਤੀ ਦਿਖਾਈ ਆ ਕਿ 28 ਅਗਸਤ ਨੂੰ ਬਹਿਸ ਹੋ ਗਈ ਸੀਗੀ ਪੰਜਾਬ ਦੀ ਵਿਧਾਨ ਸਭਾ 'ਚ, ਉਸ ਤੋਂ ਬਾਅਦ ਕੇਵਲ 4 ਪੁਲਿਸ ਵਾਲਿਆਂ ਨੂੰ ਨਾਮਜ਼ਦ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਐਫ ਆਈ ਆਰ ਦੇ ਵਿੱਚ, ਜਿਹੜੀ 130 ਨੰਬਰ ਐਫ ਆਈ ਆਰ ਬਾਜਾ ਖਾਨਾ ਵਿੱਚ ਓਰੀਜਨਲੀ ਜਿਹੜੇ ਦੋ ਸਿੱਖ ਨੌਜਵਾਨ ਮਾਰੇ ਗਏ ਸੀ ਬਹਿਬਲ ਕਲਾਂ, ਉਹਨਾਂ ਉਸ ਐਫ ਆਈ ਆਰ ਵਿੱਚ 4 ਆਦਮੀ ਨਾਮਜ਼ਦ ਕਰਤੇ, ਸ਼ਾਇਦ ਉਹਦੇ ਵਿੱਚ ਐਸ ਐਸ ਪੀ ਵਿਕਰਮਜੀਤ ਸਿੰਘ ਜਾਂ ਕੁਛ ਹੋਰ ਪੁਲਿਸ ਵਾਲੇ ਸੀਗੇ, ਲੇਕਿਨ ਚਰਨਜੀਤ ਸ਼ਰਮਾ ਵੀ ਸੀਗਾ। ਅਰੈਸਟ ਕਿਸੇ ਨੂੰ ਵੀ ਨਹੀਂ ਕੀਤਾ, 302 ਦੀ ਐਫ ਆਈ ਆਰ ਹੋਵੇ ਤੇ ਕਿਸੇ ਦੇ ਕੋਲ ਜ਼ਮਾਨਤ ਨਹੀਂ ਸੀ, ਕਿਸੇ ਦੇ ਕੋਲ ਐਂਟੀਸਪੇਟਰੀ ਬੇਲ ਨਹੀਂ ਸੀਗੀ, ਕਿਸੇ ਦੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਸੀਗੀ, ਉਹਨਾਂ ਸਭ ਨੂੰ ਪੁਲਿਸ ਵਾਲਿਆਂ ਨੂੰ ਸਮਾਂ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ, ਇਹਨਾਂ ਦੀ ਪੁਲਿਸ ਵੱਲੋਂ, ਇਹਨਾਂ ਦੀ ਐਡਵੋਕੇਟ ਜਨਰਲ ਦੇ ਦਫ਼ਤਰ ਵੱਲੋਂ, ਔਰ ਉਹ ਲੋਕ ਹਾਈਕੋਰਟ ਦੀ ਸ਼ਰਨ ਵਿੱਚ ਪਹੁੰਚ ਕੇ ਐਕਸ ਪਾਰਟੀ ਵਿਦਆਊਟ ਹੈਰਿੰਗ ਦੇ ਪੰਜਾਬ ਗਵਰਨਮੈਂਟ, ਹਾਈਕੋਰਟ ਦੇ ਜੱਜਸ ਨੇ ਉਹਨਾਂ 4 ਪੁਲਿਸ ਵਾਲਿਆਂ ਦੇ ਖਿਲਾਫ ਪ੍ਰੋਸੀਡਿੰਗ ਸਟੇ ਕਰ ਦਿੱਤੀਆਂ। ਇੱਥੋਂ ਸਾਫ਼ ਸਾਬਤ ਸਪਸ਼ਟ ਹੋ ਗਿਆ ਵਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਗਵਰਨਮੈਂਟ ਔਰ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਸ਼ਰੇਆਮ ਪੁਲਿਸ ਵਾਲਿਆਂ ਨੂੰ ਬਚਾਉਣ ਦੇ ਉਤਰੀ ਹੋਈ ਹੈ, ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਕਰਨ ਨੂੰ ਤਿਆਰ ਨਹੀਂ। ਜਿਹੜੀ ਸਰਕਾਰ ਪੁਲਿਸ ਅਫਸਰਾਂ ਦੇ ਖਿਲਾਫ਼ ਐਕਸ਼ਨ ਨਹੀਂ ਕਰ ਸਕਦੀ, ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਤੇ ਸੁਮੇਧ ਸਿੰਘ ਸੈਣੀ ਡੀਜੀਪੀ ਦੇ ਖਿਲਾਫ਼, ਇਹਨਾਂ ਤੋਂ ਐਕਸ਼ਨ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਔਰ ਸਾਡਾ ਇਹ ਮੰਨਣਾ ਵਾ ਕਿ ਪੰਜਾਬ ਗਵਰਨਮੈਂਟ ਹੈਜ਼ ਗਿਵਨ ਏ ਵੇ ਟੂ ਦੀ ਗਿਲਟੀ ਪੁਲਿਸ ਆਫਿਸਰਸ ਟੂ ਅਪਰੋਚ ਦੀ ਹਾਈਕੋਰਟ। ਅਗਰ ਪੰਜਾਬ ਸਰਕਾਰ ਸੀਰੀਅਸ ਸੀਗੀ ਤਾਂ ਦੇਵਰ ਫੁੱਲੀ ਅਵੇਅਰ ਕਿ ਇਹ ਜਿਹੜੀ ਰਿਪੋਰਟ ਹੈ ਚੈਲੇਂਜ ਹੋਊਗੀ ਹਾਈਕੋਰਟ ਦੇ ਵਿੱਚ, ਦੇ ਸ਼ੁੱਡ ਹੈਵ ਫਾਈਲਡ ਇਨ ਕੈਵੀਏਟ। ਅਗਰ ਪੰਜਾਬ ਗਵਰਨਮੈਂਟ ਕੈਵੀਏਟ ਫਾਈਲ ਕਰਕੇ ਰੱਖਦੀ ਹਾਈਕੋਰਟ ਦੇ ਵਿੱਚ ਤਾਂ ਉਹਨਾਂ ਦਾ ਪੱਖ ਸੁਣਿਆ ਜਾਣਾ ਸੀਗਾ, ਪਰੰਤੂ ਉਹਨਾਂ ਦਾ ਪੱਖ ਸੁਣਿਆ ਨਹੀਂ ਗਿਆ ਕਿਉਂਕਿ ਸਰਕਾਰ ਨੇ ਜਾਣ ਬੁੱਝ ਕੇ ਅੱਖਾਂ ਮੀਚ ਲਈਆਂ ਔਰ ਉਹਨਾਂ ਲੋਕਾਂ ਨੂੰ ਜਿਹੜਾ ਹੈ ਸਟੇ ਜਾਂ ਉਹਨਾਂ ਨੂੰ ਜਿਹੜੀ ਰਿਲੀਫ ਸੀ ਹਾਈਕੋਰਟ ਤੋਂ ਉਹ ਮਿਲ ਸਕੇ। ਸਾਡਾ ਇਹ ਵੀ ਮੰਨਣਾ ਵਾ ਕਿ ਇਹ ਸਰਕਾਰ ਨੇ ਫੈਸਿਲੀਟੇਟ ਕੀਤੀ ਹੈ ਸਟੇ, ਔਰ 20 ਤਾਰੀਖ ਜਿਹੜੀ ਪਰਸੋਂ ਆ ਰਹੀ ਆ, ਮੋਸਟ ਲਾਈਕਲੀ ਯੂ ਵਿਲ ਸੀ ਇਟ ਵਿਲ ਬੀ ਅ ਡਰਾਮਾ ਇਨੈਕਟਡ ਇਨ ਦੀ ਹਾਈਕੋਰਟ। ਯੂ ਹੈਵ ਅ ਐਡਵੋਕੇਟ ਜਨਰਲ ਆਫਿਸ ਵਿਚ ਇਜ਼ ਆਈ ਥਿੰਕ ਅਪਰੋਕਸੀਮੇਟਲੀ 200 ਲਾਅ ਆਫਿਸਰਸ, ਬਟ ਨੋ ਆਫਿਸਰ ਔਰ ਦੀ ਐਡਵੋਕੇਟ ਜਨਰਲ ਹੈਡ ਦੀ ਕਰਟਸੀ ਟੂ ਗੋ ਐਂਡ ਅਪੋਜ਼ ਦੀ ਪਟੀਸ਼ਨਰਸ ਹੂ ਆਰ ਚੈਲੇਂਜਿੰਗ ਦੇਅਰ ਵੈਰੀ ਓਨ ਰਿਪੋਰਟ। ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਿਧਾਨ ਸਭਾ 'ਚ ਰਿਪੋਰਟ ਪਾਸ ਕਰਾਈ ਹੈ, ਉਸੇ ਰਿਪੋਰਟ ਨੂੰ ਚੈਲੇਂਜ ਕਰਨ ਜਾ ਰਹੇ ਸੀ। ਇਸ ਲਈ ਇਹ ਮਿਲੀ ਭੁਗਤ ਜਿਹੜੀ ਆ, ਇਹ ਰੋਜ਼ਮਰਾ ਦੀ ਮਿਲੀ ਭੁਗਤ ਅਕਾਲੀ ਦਲ ਤੇ ਕਾਂਗਰਸ ਦੀ ਰੋਜ਼ਮਰਾ ਉਜਾਗਰ ਹੋ ਰਹੀ ਆ, ਨੰਗੀ ਹੋ ਰਹੀ ਆ। ਔਰ ਜਿਹੜਾ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ CBI 'ਚੋਂ ਵਾਪਸ ਲੈ ਕੇ ਆਵਾਂਗੇ ਅਸੀਂ ਬਹਿਬਲ ਕਲਾਂ ਪੁਲਿਸ ਫਾਇਰਿੰਗ ਦਾ ਮਾਮਲਾ, ਉਹ ਵੀ ਅੰਦਾਜ਼ਾ ਲਾ ਲਓ ਅਪਰੋਕਸੀਮੇਟਲੀ ਕੋਈ 1.5 ਮਹੀਨਾ ਹੋ ਗਿਆ, ਦੇਰ ਇਜ਼ ਨਥਿੰਗ ਹਰਡ ਔਨ ਦੈਟ ਫਰੰਟ ਐਜ਼ ਵੈਲ। ਔਰ ਉਹਦੇ ਵਿੱਚ ਜਿਹੜਾ ਸੈਕਟਰ ਇੰਸੀਡੈਂਟ ਹੋਏ ਸੀਗੇ, ਜਿਹੜੇ ਗੁਨਾਹਗਾਰ ਸੀਗੇ ਉਹਨਾਂ ਨੂੰ ਰੈਗੂਲਰ ਬੇਲ ਮਿਲ ਗਈ ਆ ਕੋਰਟ 'ਚੋਂ। ਆਹ ਕੈਪਟਨ ਅਮਰਿੰਦਰ ਸਿੰਘ ਦੀ ਸੰਜੀਦਗੀ ਹੈ ਇੱਕ ਉਸ ਮੁੱਦੇ ਦੇ ਉੱਤੇ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਾਰੇ ਪੰਜਾਬੀਆਂ ਦੇ ਨਹੀਂ
ਸਾਰੀ ਦੁਨੀਆਂ ਚ ਬੈਠੇ ਗੁਰੂ ਨਾਨਕ ਨਾਮ ਲੇਵਾ ਦੇ ਜਜ਼ਬਾਤ ਜੁੜੇ ਹੋਏ ਨੇ। ਇਸ ਲਈ ਇਸ ਮੁੱਦੇ ਨੂੰ ਅੱਗੇ ਵਧਾਉਣ ਵਾਸਤੇ ਔਰ ਇਨਸਾਫ਼ ਦਵਾਉਣ ਵਾਸਤੇ, ਕਿਉਂਕਿ ਜੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਇਨਸਾਫ਼ ਨਹੀਂ ਮਿਲੇਗਾ, ਤਾਂ ਫਿਰ ਅਸੀਂ ਕੋਈ ਕਿਸੇ ਤਰ੍ਹਾਂ ਦੀ ਕਿਸੇ ਇਨਸਾਫ਼ ਦੀ ਕਿਸੇ ਵਾਸਤੇ ਉਮੀਦ ਤੇ ਤਵੱਕੋ ਨਹੀਂ ਰੱਖ ਸਕਦੇ। ਇਸੇ ਲਈ ਅਸੀਂ ਆਲ ਪਾਰਟੀ ਮੀਟਿੰਗ ਰੱਖੀ ਗਈ ਹੈਗੀ ਆ ਔਨ ਦਾ 21st ਫਰਾਈਡੇ 11 o'clock ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ। ਤੁਹਾਨੂੰ ਵੀ ਹੁਣ ਤੋਂ ਹੀ ਸਾਰੇ ਮੀਡੀਆ ਨੂੰ ਵੀ ਖੁੱਲ੍ਹਾ ਸੱਦਾ ਵਾ। ਇਸ ਤੋਂ ਇਲਾਵਾ ਇੱਕ ਮੈਂ ਕਹਿਣਾ ਚਾਹੁੰਦਾ ਕਿ ਹਾਈਕੋਰਟ ਨੇ ਕੋਗਨੀਜੈਂਸ ਲਈ ਆ, ਜਿਹੜਾ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨ ਵਰਗ ਦੀ ਇੰਪਲੋਈਜ਼ ਦੀ ਐਕਸਪਲੋਇਟੇਸ਼ਨ ਕਰ ਰਹੀ ਸੀਗੀ। ਉਹਨਾਂ ਨੂੰ 3 ਸਾਲ ਕਿਹਾ ਗਿਆ ਸੀਗਾ ਕਿ ਤੁਸੀਂ ਬੇਸਿਕ ਸੈਲਰੀ ਦੇ ਉੱਤੇ ਕੰਮ ਕਰੋ। ਸਮ ਪੁਲਿਸ ਆਫਿਸਰਸ, ਸਮ ਅਦਰ ਨਿਊਲੀ ਅਪੋਇੰਟਡ ਗਵਰਨਮੈਂਟ ਆਫਿਸਰਸ, ਦੇ ਅਪਰੋਚ ਦੀ ਆਨਰੇਬਲ ਹਾਈਕੋਰਟ ਆਫ ਪੰਜਾਬ ਹੈ ਨਾ, ਐਂਡ ਦੇ ਹੈਵ ਓਬਟੇਨਡ ਐਨ ਆਰਡਰ ਕਿ ਦਿਸ ਇਜ਼ ਇਨਜਸਟਿਸ ਟੂ ਦੀ ਇੰਪਲੋਈ ਸੈਕਸ਼ਨ, ਇਨਜਸਟਿਸ ਟੂ ਪੀਪਲ ਹੂ ਹੈਵ ਡਨ PhDs ਐਂਡ ਹੈਵ ਡਨ ਪੋਸਟ ਗ੍ਰੈਜੂਏਸ਼ਨ ਡਿਗਰੀਜ਼, ਐਂਡ ਦੇ ਆਰ ਬੀਂਗ ਆਸਕਡ ਟੂ ਬੀ ਪੇਡ ਓਨਲੀ ਬੇਸਿਕ ਸੈਲਰੀ ਫੋਰ 3 ਈਅਰਸ। ਕੁਛ ਟੀਚਰਸ ਵਾਲੇ ਕੇਸਿਸ ਵਿੱਚ ਮੈਨੂੰ ਪਤਾ ਵਾ ਕਿ ਉਹਨਾਂ ਨੂੰ ਮਹਿਜ਼ 10,300 ਰੁਪਈਆ ਮਿਲਣਾ 3 ਸਾਲਾਂ ਵਾਸਤੇ, ਲਗਭਗ ਸਾਰਿਆਂ ਵਾਸਤੇ ਇਹ ਸੀਗਾ। ਇੰਸਪੈਕਟਰ ਭਰਤੀ ਹੋਏ ਨੇ, ਸ਼ਾਇਦ ਡਾਇਰੈਕਟਰ DSPs ਵੀ ਭਰਤੀ ਹੋਏ ਨੇ, ਉਹਨਾਂ ਨੂੰ ਵੀ ਬੇਸਿਕ ਸੈਲਰੀ ਤੇ ਕੰਮ ਕਰਨ ਨੂੰ ਕਿਹਾ। ਇਹ ਬਹੁਤ ਮੰਦਭਾਗੀ ਪ੍ਰੈਕਟਿਸ ਹੈ। ਇਹ ਮੈਂ ਸਮਝਦਾ ਕਿ ਅੱਜ ਦੇ ਯੁੱਗ ਵਿੱਚ ਪੜ੍ਹੇ ਲਿਖੇ ਤਬਕੇ ਦੇ ਨਾਲ ਉਹਨਾਂ ਦਾ ਇਤਨਾ ਵੱਡਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਤੋਂ ਸਾਡੀ ਆਮ ਆਦਮੀ ਪਾਰਟੀ ਦੀ ਮੰਗ ਆ ਸਭ ਦੀ ਕਿ ਹਾਈਕੋਰਟ ਦਾ ਹੁਣ ਆਰਡਰ ਵੀ ਤੁਹਾਡੇ ਕੋਲ ਆ, ਪਰ ਜਿਹੜੇ ਪਟੀਸ਼ਨਰ ਨਹੀਂ ਜਾ ਸਕੇ ਸਾਰਿਆਂ ਨੂੰ ਇੱਕੋ ਵਾਰ ਇੱਕੋ ਹੀ ਆਰਡਰ ਦੇ ਤਹਿਤ ਪੰਜਾਬ ਸਰਕਾਰ ਨੂੰ ਜੋ ਕਰੰਟ ਉਹਨਾਂ ਦੀਆਂ ਫੁੱਲ ਸੈਲਰੀਜ਼ ਨੇ, ਪੂਰੀਆਂ ਤਨਖਾਹਾਂ ਨੇ, ਸਾਰੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਪੂਰੀ ਜਿਹੜੀ ਹੈ ਉਹ ਦਿੱਤੀ ਜਾਵੇ, ਇਹ ਸਾਡੀ ਮੰਗ ਹੈ। ਔਰ ਨਾਲ ਇੱਕ ਮੰਗ ਹੋਰ ਆ ਕਿ ਗੰਨਾ ਉਤਪਾਦਕਾਂ ਦਾ 750 ਕਰੋੜ ਦੇ ਕਰੀਬ ਏਰੀਅਰ ਆਊਟਸਟੈਂਡਿੰਗ ਹੈ। ਅਸੀਂ 5 ਸਪਟੈਂਬਰ ਨੂੰ ਮੋਰਿੰਡੇ ਵਿਖੇ ਸ਼ੂਗਰ ਮਿੱਲ ਦਾ ਧਰਨਾ ਵੀ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਅੱਜ ਤੱਕ ਮਹਿਜ਼ ਲਿਪ ਸਰਵਿਸ ਹੋਈ ਹੈ। ਅਸੀਂ ਪੜ੍ਹਦੇ ਰਹੇ ਨੇ ਬਿਆਨ ਕਿਤੇ ਨਾ ਕਿਤੇ ਕਿ ਏਰੀਅਰ ਅਦਾ ਕੀਤੇ ਜਾਣਗੇ। ਇੱਕ ਇੱਕ ਸਾਲ ਦੇ ਕਰੀਬ ਹੋ ਚੱਲਿਆ ਕਿਸਾਨਾਂ ਦੇ ਗੰਨੇ ਦੇ ਕਿਸਾਨਾਂ ਦੇ ਬਕਾਇਆ ਪੇਮੈਂਟਾਂ ਡਿਊ ਨੇ, ਔਰ ਛੋਟੀ ਮੋਟੀ ਰਕਮ ਨਹੀਂ, 750 ਕਰੋੜ ਰੁਪਇਆ। ਇਸ ਲਈ ਸਾਡੀ ਇਹ ਮੰਗ ਹੈ ਕਿ ਉਹਨਾਂ ਦੀ ਤੁਰੰਤ ਬਕਾਇਆ ਅਦਾਇਗੀ ਕੀਤੀ ਜਾਵੇ, ਨਾਲ 10% ਇੰਟਰਸਟ ਦਿੱਤਾ ਜਾਵੇ ਉਹਨਾਂ ਨੂੰ, ਕਿਉਂਕਿ ਜਦੋਂ ਉਹਨਾਂ ਨੂੰ ਕੋਈ ਐਡਵਾਂਸ ਦਿੱਤਾ ਜਾਂਦਾ ਤੇ ਉਹਨਾਂ ਨੂੰ 11-12% ਇੰਟਰਸਟ ਰੇਟ ਕਰਦੇ ਨੇ, ਬੈਂਕਸ ਕਰਦੇ ਨੇ, ਕੋਆਪਰੇਟਿਵ ਬੈਂਕਸ ਕਰਦੇ ਆ। ਇਸ ਲਈ ਜਿਹੜੀਆਂ ਜਿਹਨਾਂ ਦੀਆਂ ਬਕਾਇਆ ਨਹੀਂ ਦੇ ਸਕੇ ਪੇਮੈਂਟਾਂ ਗੰਨੇ ਦੇ ਉਤਪਾਦਕਾਂ ਦੀਆਂ, ਉਹਨਾਂ ਨੂੰ ਉਹਨਾਂ ਦੀ ਪੇਮੈਂਟ ਦੇ ਨਾਲ 10% ਇੰਟਰਸਟ ਜ਼ਰੂਰ ਦਿੱਤਾ ਜਾਵੇ, ਕਿਉਂਕਿ ਇਹ ਤਨਾਟ ਆਦਮੀ ਨੇ ਸਾਰੇ, ਜਿਹੜੀਆਂ ਪ੍ਰਾਈਵੇਟ ਸ਼ੂਗਰ ਮਿਲਸ ਨੇ ਉਹ ਸਾਰੇ ਪੋਲੀਟੀਕਲ ਲੋਕਾਂ ਦੀਆਂ ਨੇ, ਉਹ ਸਵਾਲਾਂ ਦੀਆਂ ਨੇ, ਵੱਡੇ ਵੱਡੇ ਪਾਵਰਫੁੱਲ MPਾਂ ਤੇ MLA ਤੇ ਮੰਤਰੀਆਂ ਦੀਆਂ ਨੇ। ਇਹ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਹੈ। ਇੱਕ ਪਾਸੇ ਕਹਿੰਦੇ ਆ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਬਾਹਰ ਹੋਵੋ, ਤੇ ਜੇ ਕਿਸਾਨ ਗੰਨਾ ਬੀਜਦੇ ਨੇ ਤੇ ਉਹਨਾਂ ਨੂੰ ਆਲਮੋਸਟ 1-1 ਸਾਲ ਉਹਨਾਂ ਦੀ ਪੇਮੈਂਟ ਜਿਹੜੀ ਆ ਉਹ ਰੋਕੀ ਜਾਂਦੀ ਆ। ਇਸ ਲਈ ਉਹਨਾਂ ਦੀ ਪੇਮੈਂਟ ਤੁਰੰਤ ਕੀਤੀ ਜਾਵੇ। ਅੱਜ ਵਾਲੇ ਇਸ ਇਸ਼ੂ ਦੇ ਉੱਤੇ ਸਾਡਾ ਮੇਰਾ ਇਹ ਕਹਿਣਾ ਇੰਨਾ ਸੀਗਾ
ਬਾਕੀ ਕੁਛ ਪਾਰਟੀ ਨਾਲ ਰਿਲੇਟਡ ਅਗਰ ਤੁਸੀਂ ਕੁਐਸਚਨਸ ਪੁੱਛ ਰਹੇ ਹੋ ਆ ਕੁਛ ਡਿਵੈਲਪਮੈਂਟਸ ਹੋ ਗਈਆਂ ਨੇ ਪਿਛਲੇ ਦਿਨਾਂ 'ਚ ਉਹ ਮੈਂ ਸੰਧੂ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਦਾ ਢੁਕਵਾਂ ਜਿਹੜਾ ਹੈਗਾ ਉਹ ਬਾਅਦ ਲਈ ਜਵਾਬ ਦਿੱਤਾ ਜਾ ਸਕਦਾ। ਹਾਂਜੀ 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 ਅਸੀਂ ਸਭ ਨੂੰ ਪਰਸਨਲੀ ਇਨਵਾਈਟ ਕਰ ਰਹੇ ਹਾਂ, ਟੈਕਸਟ ਮੈਸੇਜਸ ਭੇਜ ਰਹੇ ਹਾਂ ਔਰ ਆਲਮੋਸਟ 50 ਇੰਡੀਵਿਜੁਅਲ ਓਬਲੀਕ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰਿਆਂ ਨੇ ਕਨਫਰਮ ਕਰਤਾ, ਹੁਣ ਸਾਰਿਆਂ ਦੇ ਨਾਮ ਡਿਸਕਲੋਜ਼ ਕਰਨੇ ਆ, ਇਸ ਵਕਤ ਮੁਲਾਜ਼ਮ ਨਹੀਂ ਸੀਗਾ ਪਰ ਅਸੀਂ ਪੂਰਨ ਤੌਰ 'ਤੇ ਸਾਨੂੰ ਭਰੋਸਾ ਵਾ ਕਿ ਬਹੁਤ ਲੋਕ ਚਾਹੁੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਉੱਤੇ ਤੁਰੰਤ ਇਨਸਾਫ ਮਿਲੇ ਔਰ ਕੋਈ ਪ੍ਰੋਗਰਾਮ ਅਨਾਊਂਸ ਕੀਤਾ ਜਾਵੇ। ਐਵਰੀਬਡੀ ਇਜ਼ ਡੀਪਲੀ ਇੰਟਰਸਟਿਡ। ਦੇਖਿਏ ਅਕਾਲੀ ਤੋਂ ਬਿਲਕੁਲ ਇਸਕਾ ਵਿਰੋਧ ਕਰ ਰਹੇ ਹਾਂ, ਉਹ ਤੋਂ ਨਾ ਉਹਨੇ ਇਸ ਕਮਿਸ਼ਨ ਕੋ ਮਾਨਤੇ ਹੈ ਨਾ ਉਹ ਵਿਧਾਨ ਸਭਾ ਮੇਂ ਹਾਜ਼ਰ ਰਹੇ, ਉਨਕੋ ਤੋ ਨਹੀਂ ਹਮ ਇਨਵਾਈਟ ਕਰੇਂਗੇ ਕਿਉਂਕਿ ਵੋ ਗੁਨਾਹਗਾਰ ਵੀ ਹੈ, ਵੋ ਕਟਘਰੇ ਮੇਂ ਵੀ ਖੜੇ ਹੈ, ਵੋ ਇਸ ਸਾਰੀ ਜੋ ਘਟਨਾਕ੍ਰਮ ਹੁਆ ਉਸਕੇ ਦੋਸ਼ੀ ਵੀ ਹੈ, ਉਨਕੇ ਖਿਲਾਫ਼ ਤੋ ਹਮ ਐਕਸ਼ਨ ਮਾਂਗੇਂਗੇ। ਕਾਂਗਰਸ ਕੇ ਸੁਨੀਲ ਜਾਖੜ ਔਰ ਤੀਨ ਮਿਨਿਸਟਰਸ ਕੋ ਹਮਨੇ ਸੋਚਾ ਹੈ ਇਨਵਾਈਟ ਕਰੇਂਗੇ, ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਔਰ ਸੁਖਜਿੰਦਰ ਰੰਧਾਵਾ, ਬਾਕੀ ਕਾਂਗਰਸ ਉਸੀ ਮੇਂ ਆ ਜਾਤੀ ਹੈ, ਇਹ ਚਾਰ ਲੋਕੋਂ ਕਾ ਵਫਦ ਜੋ ਹੈ ਕਾਂਗਰਸ ਕੋ ਹਮ ਉਨਕੋ ਇਨਵਾਈਟ ਕਰੇਗਾ। ਹਮੇਂ ਉਮੀਦ ਹੈ ਕਿ ਆਪ ਲੋਕੋਂ ਨੇ ਜੋ ਵਿਧਾਨ ਸਭਾ ਮੇਂ ਬਹੁਤ ਬੜੀ ਬੜੀ ਅੱਛੀ ਤਕਰੀਰੇ ਕੀ ਔਰ ਬਹੁਤ ਸਾਰੇ ਲੋਕੋਂ ਨੇ ਤੋ ਉਸਕੋ ਇੱਕ ਕਿਸਮ ਦਾ ਚੀਫ ਮਿਨਿਸਟਰ ਕੋ ਬਹੁਤ ਭਾਵੁਕ ਹੋ ਕੇ ਰਿਕੁਐਸਟ ਕੀ, ਆਪਣੀ ਝੋਲੀ ਵੀ ਪਿਛਾ ਦੀ ਕਿ ਇਸਕੇ ਉੱਪਰ ਐਕਸ਼ਨ ਹੋਣਾ ਚਾਹੀਏ। ਹਮਕੋ ਉਮੀਦ ਹੈ ਕਿ ਅਗਰ ਵੋ ਵਾਕਈ ਪੰਜਾਬ ਕੇ ਹਿਤੈਸ਼ੀ ਹੈ ਔਰ ਗੁਰੂ ਗ੍ਰੰਥ ਸਾਹਿਬ ਕੇ ਲਈ ਇਨਸਾਫ ਚਾਹਤੇ ਹੈ, ਆਈ ਥਿੰਕ ਦ ਕਾਂਗਰਸ ਆਲਸੋ ਸ਼ੁਡ ਡੈਫੀਨੇਟਲੀ ਪਾਰਟਿਸਿਪੇਟ ਇਨ ਦਿਸ। ਜਿਹੜੀ ਉਹ ਝੋਲੀ ਪਛਾਈ ਸੀ ਚੁੱਕ ਕੇ ਐਕਸ਼ਨ ਲੈਣ ਦੀ ਨਹੀਂ ਸੀ, ਉਹ ਇਹ ਸੀ ਕਿ ਤੁਸੀਂ ਅੱਗੇ ਲੱਗੋ, ਨਜਾਤ ਪਾਉਣਾ ਲੌਂਗ ਟਰਮ ਪੰਜਾਬ ਦੇ ਲੋਕਾਂ ਦਾ ਟੀਚਾ ਵਾ, ਪਰ ਇਮੀਡੀਏਟਲੀ ਅਸੀਂ ਫੋਕਸ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਆਲ ਪਾਰਟੀ ਮੀਟਿੰਗ। ਕੀ ਤੁਸੀਂ ਸੈਕੂਲਰ ਪਾਰਟੀ ਕਾਂਗਰਸ ਜਿਹੜੀ ਆ ਆਪਣੇ ਆਪ ਨੂੰ ਨੈਸ਼ਨਲ ਲੈਵਲ ਤੇ ਕਹਾਉਂਦੀ ਹੈ, ਕੀ ਤੁਸੀਂ ਉਹਦੇ ਨਾਲ ਮੁਤਫਿਕ ਹੋ ਜਾਂ ਐਗਰੀ ਕਰਦੇ ਹੋ ਕਿ ਵਿਧਾਨ ਸਭਾ ਦੇ ਅੰਦਰ ਜੋ ਡਿਸਕਸ਼ਨ ਹੋਈ ਆ ਉਹ ਸਾਰੀ ਦੀ ਸਾਰੀ ਸਿੱਖੀ ਨੂੰ ਲੈ ਕੇ ਹੋਈ ਆ ਕਿ ਸਿੱਖੀ ਤੇ ਕਬਜ਼ਾ ਕਰੋ, ਅਕਾਲ ਤਖ਼ਤ ਤੇ ਕਬਜ਼ਾ ਕਰੋ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੋ, ਆਲ ਦਾ ਹਾਈ ਮਿਨਿਸਟਰਸ ਐਂਡ 3 ਐਮਐਲਏ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਹੋਈ ਆ, ਇਸ ਲਈ ਅਸੀਂ ਉਹਨਾਂ ਨੂੰ ਇਸ ਮੀਟਿੰਗ ਵਿੱਚ ਸੱਦ ਰਹੇ ਹਾਂ ਔਰ ਅਗਰ ਉਹ ਆਉਂਦੇ ਨੇ ਦੇ ਆਰ ਮੋਸਟ ਵੈਲਕਮ, ਅਗਰ ਨਹੀਂ ਆਉਂਦੇ ਤਾਂ ਇਹਦਾ ਮਤਲਬ ਹੋਊਗਾ ਕਿ ਉਹ ਮਹਿਜ਼ ਦਲੀਲਾਂ ਤਕਰੀਰਾਂ ਵਿਧਾਨ ਸਭਾ ਤੇ ਲੈਕਚਰ, ਇਹਦਾ ਮਤਲਬ ਉਹਨਾਂ ਦੇ ਮਨਸੂਬੇ ਜਿਹੜੇ ਨੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸੰਜੀਦਗੀ ਜਾਂ ਸੀਰੀਅਸਨੈਸ ਨਹੀਂ ਰੱਖਦੇ। ਇਹ ਸਾਰੀ ਗੱਲ ਦਾ ਜਿਹੜਾ ਇਮਤਿਹਾਨ ਹੈ ਉਹ 21 ਤਾਰੀਖ ਨੂੰ ਤੁਹਾਡੇ ਸਾਹਮਣੇ ਆ ਜਾਵੇ। ਸੰਧੂ ਸਾਹਿਬ, ਆਮ ਆਦਮੀ ਪਾਰਟੀ ਦੀ ਆਪਣਾ ਆਪਣੇ ਮਿਹਨਤ ਕੀ ਹੈ
ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵਾਂ ਔਰ ਅਸੀਂ ਸਾਰੇ ਇਹ ਚੀਜ਼ ਨੂੰ ਮੰਨਦੇ ਹਾਂ ਕਿ ਇਹ ਜਿਹੜੀ ਸ਼ੁਰੂਆਤ ਹੋਈ ਆ ਇਹਦਾ ਅਸੀਂ ਸਵਾਗਤ ਕਰਦੇ ਹਾਂ। ਇਹ ਬਹੁਤ ਚੰਗੀ ਗੱਲ ਆ। ਇੱਥੋਂ ਪਤਾ ਲੱਗਦਾ ਵਾ ਕਿ ਪਾਰਟੀ ਨੂੰ ਔਰ ਸਾਡੀ ਆਪਣੀ ਹਾਈ ਕਮਾਂਡ ਨੂੰ ਔਰ ਦਿੱਲੀ ਦੀ ਲੀਡਰਸ਼ਿਪ ਨੂੰ ਹੁਣ ਇਹ ਅਹਿਸਾਸ ਹੋ ਗਿਆ, ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਅਸੀਂ ਜੋ ਪਿਛਲੇ ਕਰੀਬ 2 ਸਾਲਾਂ ਦੇ ਵਿੱਚ ਕੀਤਾ ਵਾ ਉਹ ਗਲਤ ਸੀ। ਔਰ ਇਸੇ ਕਰਕੇ ਕੁਝ ਇਹੋ ਜਿਹੇ ਲੀਡਰ ਜਿਨ੍ਹਾਂ ਦੇ ਖਿਲਾਫ਼ ਉਹਨਾਂ ਨੇ ਅੱਗੇ ਕਾਰਵਾਈ ਲਈ ਕੀਤੀ ਸੀ ਉਹਨਾਂ ਦੇ ਖਿਲਾਫ਼ ਔਰ ਉਹਨਾਂ ਨੂੰ ਪਾਰਟੀ ਤੋਂ ਜਾਂ ਕੱਢਿਆ ਸੀ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਸੀ, ਉਹਨਾਂ ਤੱਕ ਹੁਣ ਪਹੁੰਚ ਕੀਤੀ ਜਾ ਰਹੀ। ਤਾਂ ਤੁਸੀਂ ਦੇਖਿਆ ਹੀ ਆ ਕਿ ਕੁਝ ਦਿਨ ਪਹਿਲਾਂ ਸੰਜੈ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਡਾਕਟਰ ਧਰਮਵੀਰ ਗਾਂਧੀ ਕੋਲ ਪਟਿਆਲੇ ਦੇ ਵਿੱਚ ਗਏ। ਪੰਜਾਬ ਦੇ ਕੁਝ ਲੀਡਰ ਜਿਹੜੇ ਆ ਉਹਨਾਂ ਨੂੰ ਇਹ ਹਦਾਇਤ ਮਿਲੀ ਆ ਕਿ ਤੁਸੀਂ ਜਿਹੜੇ ਬਾਕੀ ਲੀਡਰ ਨੇ ਜੇ ਸੁੱਚਾ ਸਿੰਘ ਛੋਟੇ ਕੋਲ ਸ਼ਾਮਿਲ ਨੇ ਉਹਨਾਂ ਨਾਲ ਜਾ ਕੇ ਸੰਪਰਕ ਕਰੋ ਔਰ ਉਹਨਾਂ ਨੂੰ ਮਨਾ ਕੇ ਲਿਆਓ ਵਾਪਸ। ਸੋ ਅਸੀਂ ਸਾਡਾ ਮੰਨਣਾ ਵਾ ਕਿ ਜੇ ਪਾਰਟੀ ਨੂੰ ਇਹ ਅਹਿਸਾਸ ਹੋ ਗਿਆ ਵਾ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਪਹਿਲਾਂ ਤੇ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਆਹ ਜੋ ਕੁਛ ਅਸੀਂ ਕੀਤਾ ਪਹਿਲਾਂ ਮਾਫ਼ੀਨਾਮਾ ਔਰ ਨਾਲ ਨਾਲ ਅਸੀਂ ਜਿਹੜੇ ਇਹਨਾਂ ਲੀਡਰਾਂ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਹੈ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਇਹ ਸਾਨੂੰ ਔਰ ਤੁਹੀਨ ਇਹਨਾਂ ਲੋਕਾਂ ਦੀ ਕੀਤੀ, ਇਹਨਾਂ ਨੂੰ ਬੇਇੱਜ਼ਤ ਕੀਤਾ ਔਰ ਇਹ ਆਮ ਵਰਕਰ ਨਹੀਂ ਸੀ, ਵਲੰਟੀਅਰ। ਵੈਸੇ ਤਾਂ ਇੱਕ ਵਲੰਟੀਅਰ ਦੀ ਵੀ ਤੁਹੀਨ ਨਹੀਂ ਹੋਣੀ ਚਾਹੀਦੀ, ਇਹ ਪਾਰਟੀ ਦੇ ਅਹੁਦੇਦਾਰ ਸਨ, ਪਾਰਟੀ ਦੇ ਉਹਨਾਂ ਚੋਂ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਸਨ, ਪ੍ਰਧਾਨ ਸਨ ਔਰ ਇੱਕ ਮੈਂਬਰ ਪਾਰਲੀਮੈਂਟ ਨੂੰ ਕਰੀਬ 3.5 ਸਾਲ ਤੋਂ ਸਸਪੈਂਡ ਕੀਤਾ ਹੋਇਆ ਔਰ ਉਹਨਾਂ ਨਾਲ ਗੱਲਬਾਤ ਕਰਨ ਨੂੰ ਕੋਈ ਤਿਆਰ ਨਹੀਂ। ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਲੋਕੀ ਉਹਨਾਂ ਕੋਲ ਭੇਜੇ ਜਾ ਰਹੇ ਆ ਉਹ ਲੋਕ ਨੇ ਜਿਹਨਾਂ ਨੂੰ ਬਹੁਤ ਹੱਦ ਤੱਕ ਪੰਜਾਬ ਦੇ ਲੋਕ ਨਫ਼ਰਤ ਕਰਦੇ, ਜਿਹੜੇ ਜ਼ਿੰਮੇਵਾਰ ਆ ਪੰਜਾਬ ਦੇ ਵਿੱਚ ਪਾਰਟੀ ਦੀ ਹਾਰ ਵਾਸਤੇ। ਸੋ ਪਹਿਲਾਂ ਤੇ ਉਹ ਜਿਹੜੀ ਹਾਰ ਆ ਉਹਦੀ ਇੱਕ ਸਹੀ ਮਾਇਨੇ ਦੇ ਵਿੱਚ ਉਹਦੀ ਇੰਟਰੋਸਪੈਕਸ਼ਨ ਹੋਣੀ ਚਾਹੀਦੀ ਹੈ। ਇਹ ਜ਼ਿੰਮੇਵਾਰ ਕੌਣ ਸੀਗਾ? ਇਹੋ ਹੀ ਲੋਕੀ ਜ਼ਿੰਮੇਵਾਰ ਸੀ ਔਰ ਹੁਣ ਉਹ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਆ ਕੇ ਸਫਾਈ ਦੇ ਕੇ ਔਰ ਬੈਕ ਡੋਰ ਦੇ ਵਿੱਚ ਵਾਪਸ ਲੈਣਾ ਚਾਹੁੰਦੇ ਆ। ਫਿਰ ਵੀ ਕਿਉਂਕਿ ਅਸੀਂ ਪਾਰਟੀ ਦਾ ਚਾਹੁੰਦੇ ਹਾਂ ਵੀ ਪਾਰਟੀ ਤਾਕਤਵਰ ਹੋਵੇ, ਅਸੀਂ ਇਸ ਚੀਜ਼ ਦਾ ਸਮਰਥਨ ਕਰਦੇ ਹਾਂ ਜੀ। ਅਸੀਂ ਕੋਸ਼ਿਸ਼ ਹੋ ਰਹੀ ਹੈ ਸਾਡੀ, ਤਾਂ ਤੁਹਾਨੂੰ ਪਤਾ ਹੀ ਹੈ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਇਹ ਕੋਸ਼ਿਸ਼ ਰਹੀ ਆ। ਅਸੀਂ ਚਾਹੁੰਦੇ ਸੀ ਵੀ ਸਾਰੀ ਪਾਰਟੀ ਜਿਹੜੀ ਆ ਇਕੱਠੀ ਹੋ ਜਾਏ। ਮੈਂ ਪਤਾ ਲੱਗਾ ਕਿ ਥੋੜੇ ਦਿਨ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦੇ ਕੋਲ ਕੁਝ ਲੋਕੀ ਗਏ ਨੇ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਚੋਂ ਕੱਢਣ ਤੋਂ ਪਹਿਲਾਂ ਇੱਕ ਉਹਨਾਂ ਦੇ ਉੱਤੇ ਸਟਿੰਗ ਕੀਤਾ ਗਿਆ ਸੀ ਔਰ ਜਿਹੜੇ ਬੰਦੇ ਨੇ ਗੁਰਲਾਭ ਸਿੰਘ ਮਾਨਸੇ ਦਾ ਵਕੀਲ ਹੈ ਉਹਨੇ ਜਿਹੜਾ ਸਟਿੰਗ ਕੀਤਾ ਸੀਗਾ ਉਹਨੇ ਬਾਅਦ ਦੇ ਵਿੱਚ ਪ੍ਰੈਸ ਵਾਰਤਾ ਕਰਕੇ ਵੀਡੀਓ ਜਾਰੀ ਕਰਕੇ ਦੱਸਿਆ ਵੀ ਮੈਂ ਕਿਸ ਨੇ ਇਹ ਸਾਜਿਸ਼ ਰਚੀ ਸੀ ਇਹ ਸਟਿੰਗ ਕਰਨ ਲਈ ਔਰ ਉਹ ਸਟਿੰਗ ਅੱਜ ਤੱਕ ਨਹੀਂ ਬਾਹਰ ਆਇਆ, ਸਟਿੰਗ ਸ਼ਾਇਦ ਹੈ ਹੀ ਨਹੀਂ। ਸੋ ਜੇ ਸਰਕਾਰ ਜੇ ਸਾਡੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਮੰਨਦੀ ਆ ਕਿ ਇਹ ਗਲਤੀ ਸੀ ਤੇ ਮੇਰਾ ਖਿਆਲ ਆ ਇਹ ਜਿੰਨੇ ਲੀਡਰ ਜਿਨ੍ਹਾਂ ਦਾ ਨਾਂ ਲਿਆ ਗਿਆ ਵਾ ਗੁਰਲਾਭ ਚਹਿਲ ਨੇ ਲਿਆ ਸੀਗਾ ਇਹਨਾਂ ਦੀ ਇਹ ਸਾਜਿਸ਼ ਸੀ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਉਹਨਾਂ ਚੋਂ ਕੁਝ ਲੋਕਾਂ ਨੂੰ ਸ਼ਾਇਦ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ। ਇਹਨਾਂ ਨੇ ਇੱਕ ਉਦੋਂ ਦੇ ਪ੍ਰਧਾਨ ਦੀ ਤੋਹੀਨ ਕੀਤੀ, ਉਹਨੂੰ ਪਾਰਟੀ ਚੋਂ ਬੇਇੱਜ਼ਤ ਕਰਕੇ ਬਾਹਰ ਕੱਢਿਆ ਔਰ ਉਹ ਅੱਜ ਵੀ ਪਾਰਟੀ ਦੇ ਵਿੱਚ ਤੁਰੇ ਫਿਰਦੇ ਆ। ਇਹ ਬੜੀ ਹੈਰਾਨਗੀ ਦੀ ਗੱਲ ਹੈ। ਦੂਸਰੀ ਗੱਲ ਇਹ ਆ ਕਿ ਅਸੀਂ ਸਾਰੇ ਮੰਨਦੇ ਹਾਂ, ਅਸੀਂ ਆਪਸ ਦੇ ਵਿੱਚ ਮੀਟਿੰਗ ਵੀ ਕੀਤੀ ਆ, ਸਾਡੇ ਸਾਰੇ PSC ਦੇ ਮੈਂਬਰ ਔਰ ਇਕੱਠੇ ਅਸੀਂ ਜਿਹੜੇ MLA ਆ ਕਿ ਪੰਜਾਬ ਦੇ ਵਿੱਚ ਇੰਡੀਵਿਜੁਅਲਸ ਜਿਹੜੇ ਆ ਸਾਰੇ ਜਿਹੜੇ ਸਤਿਕਾਰਯੋਗ ਸ਼ਖਸੀਅਤਾਂ ਨੇ ਇਹ ਬਹੁਤ ਅਹਿਮ ਨੇ। ਇਹਦੇ ਨਾਲ ਨਾਲ ਜਿਹੜੇ ਮਸਲੇ ਆ ਜਿਨ੍ਹਾਂ ਦੇ ਉੱਤੇ ਹਾਲੇ ਫੈਸਲਾ ਲੈਣ ਦੀ ਲੋੜ ਹੈ
ਆ, ਪਹਿਲਾਂ ਮਸਲਿਆਂ ਦੇ ਉੱਤੇ ਫੈਸਲਾ ਲਿਆ ਜਾਵੇ, ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਖੁਦ ਮੁਖਤਿਆਰੀ ਦੇ ਫੈਸਲਾ ਲਿਆ ਜਾਵੇ। ਜਦੋਂ ਖੁਦ ਮੁਖਤਿਆਰੀ ਔਰ ਜਿਹੜੇ ਬਾਕੀ ਅਸੀਂ 5 ਮਤੇ ਬਠਿੰਡੇ ਦੇ ਵਿੱਚ 2 ਅਗਸਤ ਨੂੰ ਪਾਸ ਕੀਤੇ ਕਰਵਾਏ ਆ, ਲੋਕਾਂ ਨੇ ਵਾਲੰਟੀਅਰਸ ਨੇ ਪਾਸ ਕੀਤੇ ਆ, ਜੇ ਉਹਨਾਂ ਦੇ ਉੱਤੇ ਅਮਲ ਹੋ ਜਾਵੇ ਤੇ ਯੂਨਿਟੀ ਤਾਂ ਆਪਣੇ ਆਪ ਹੀ ਹੋਜੂ। ਇਹ ਸਾਰੇ ਲੋਕੀ ਜਿਹੜੇ ਆ ਤੁਸੀਂ ਦੇਖਿਆ ਹੀ ਆ ਕਿ ਵਾਪਸ ਆਉਣ ਨੂੰ ਤਿਆਰ ਆ, ਔਰ ਪਰ ਜਿਹੜਾ ਬੇਸਿਕ ਇਸ਼ੂ ਆ ਉਹ ਹੈ ਖੁਦ ਮੁਖਤਿਆਰੀ ਦਾ, ਪਾਰਟੀ ਦਾ ਸਹੀ ਲੋਕਾਂ ਮੁਤਾਬਕ ਢਾਂਚਾ ਬਣਨ ਦਾ, ਸਵਰਾਜ ਦਾ, ਔਰ ਜਿਹੜੇ ਐਨਆਰਆਈਜ਼ ਆ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਨਾਂ ਨੂੰ ਸਟੇਕ ਹੋਲਡਰ ਬਣਾਉਣ ਦਾ, ਉਹਨਾਂ ਨੂੰ ਇਸ ਸਾਰੇ ਮੁਹਿੰਮ ਦੇ ਵਿੱਚ ਉਹਨਾਂ ਨੂੰ ਇੱਕ ਹਿੱਸੇਦਾਰ ਬਣਾਉਣ ਦਾ। ਇੱਕ ਪਾਸੇ ਤੇ ਪਾਰਟੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਬਾਹਰ ਦੇ ਚੈਪਟਰਸ ਆ ਉਹ ਸਾਰਿਆਂ ਨੂੰ ਭੰਗ ਕਰਦੀ ਆ, ਦੂਜੇ ਪਾਸੇ ਤੁਸੀਂ ਪਾਰਟੀ ਦੀ ਵੱਖਰੀਆਂ ਵੱਖਰੀਆਂ ਰੈਲੀਆਂ ਕਰ ਰਹੇ ਜੇ, ਔਰ ਨਾਲ ਨਾਲ ਤੁਸੀਂ ਇਹਨਾਂ ਲੋਕਾਂ ਕੋਲ ਜਿਹੜੇ ਪੁਰਾਣੇ ਪਾਰਟੀ ਦੇ ਪਹਿਲਾਂ ਬੇਇੱਜ਼ਤ ਕੀਤਾ ਉਹਨਾਂ ਨੂੰ, ਔਰ ਹੁਣ ਉਹਨਾਂ ਦੇ ਬੈਠਾ ਜਿਹੜੇ ਜ਼ਖਮ ਆ ਉਹਨਾਂ ਦੇ ਲੂਣ ਛਿੜਕ ਰਹੇ ਜੇ। ਸੋ ਇਹ ਜੇ ਤੁਸੀਂ ਚਾਹੋਗੇ ਕਿ ਪੰਜਾਬ ਦੇ ਲੋਕਾਂ ਤੇ ਅਸੀਂ ਪਾੜੋ ਤੇ ਰਾਜਨੀਤੀ ਕਰਨੀ ਆ, ਡਿਵਾਈਡ ਐਂਡ ਰੂਲ ਕਰਨਾ, ਤੇ ਇਹਦੇ ਨਾਲ ਪਾਰਟੀ ਹੋਰ ਕਮਜ਼ੋਰ ਹੋ। ਸੋ ਸਾਡੀ ਅਪੀਲ ਆ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ, ਸਾਰੇ ਵਾਲੰਟੀਅਰਸ ਨੂੰ, ਇਹਨਾਂ ਲੋਕਾਂ ਤੋਂ ਜਿਹੜੇ ਦੁਬਾਰਾ ਇਹ ਵੰਡਣਾ ਚਾਹੁੰਦੇ ਪਾਰਟੀ ਨੂੰ, ਪਾਰਟੀ ਦੇ ਕਾਡਰ ਨੂੰ ਵੰਡਣਾ ਚਾਹੁੰਦੇ ਔਰ ਪਾਰਟੀ ਨੂੰ ਕੰਟਰੋਲ ਕਰਨਾ ਚਾਹੁੰਦੇ ਆ, ਬੇਸਿਕ ਇਸ਼ੂਜ਼ ਨੂੰ ਐਡਰੈਸ ਕਰ ਲਓ। ਜੇ ਬੇਸਿਕ ਇਸ਼ੂਜ਼ ਐਡਰੈਸ ਹੋ ਜਾਣਗੇ, ਸਹੀ ਢਾਂਚਾ ਬਣ ਜਾਊਗਾ, ਜੇ ਖੁਦ ਮੁਖਤਿਆਰੀ ਮਿਲ ਜੂਗੀ, ਅਸੀਂ ਆਪਣੇ ਅਧਿਕਾਰ ਆਪਣੇ ਫੈਸਲੇ ਆਪ ਲੈ ਸਕਾਂਗੇ, ਤੇ ਇਹ ਮੇਰੇ ਖਿਆਲ ਯੂਨਿਟੀ ਜਿਹੜੀ ਆ ਇਹ ਆਪਣੇ ਆਪ ਹੀ ਆਜੂਗੀ। ਇਹ ਸਾਰੇ ਲੀਡਰ ਜਾਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਇਹਨਾਂ ਨਾਲ ਸੰਪਰਕ ਦੇ ਵਿੱਚ। ਇੱਕ ਗੱਲ ਅਸੀਂ ਹੋਰ ਕਲੈਰੀਫਾਈ ਕਰਨਾ ਚਾਹੁੰਦੇ ਹਾਂ ਕਿ ਕਾਫੀ ਦਿਨਾਂ ਤੋਂ ਕੁਛ ਇਹ ਵੀ ਚਰਚਾ ਕੀਤੀ ਜਾ ਰਹੀ ਸੀਗੀ ਕਿ ਦਿੱਲੀ ਵਾਲਿਆਂ ਨੇ ਡਿਊਟੀ ਲਾ ਦਿੱਤੀ ਆ ਪੰਜਾਬ ਦੇ ਪਤਾ ਨੀ 4 MLA 3 MLA ਫਲਾਣੇ ਦੀ, ਕਿ ਤੁਸੀਂ ਜਿਹੜਾ ਸਾਡੇ 8 MLAs ਨੇ ਉਹਨਾਂ ਨੂੰ ਅਪਰੋਚ ਕਰੋ ਔਰ ਸੁਣਾ ਦੀ ਗੱਲ ਕਰੋ। ਮੈਂ ਤੁਹਾਡੇ ਸਾਰੇ ਸਤਿਕਾਰਯੋਗ ਮੀਡੀਆ ਦੇ ਰਾਹੀਂ ਸਾਰੀ ਦੁਨੀਆਂ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਦੈਟ ਇਜ਼ ਬੇਸਿਕਲੀ ਫੋਰ ਪਬਲਿਕ ਕੰਜ਼ੰਪਸ਼ਨ। ਅੱਜ ਤੋਂ ਉਹ ਹਫ਼ਤਾ ਸਟੇਟਮੈਂਟ ਮੈਂ ਕਿਹਾ 5-7 ਦਿਨ ਪਹਿਲਾਂ ਦੀ ਸਟੇਟਮੈਂਟ ਆਈ ਹੋਈ ਆ ਅਖਬਾਰਾਂ ਚ, ਅੱਜ ਤੱਕ ਸਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ, ਸਾਨੂੰ ਕਿਸੇ MLA ਨੇ, ਕਿਸੇ ਦਿੱਲੀ ਦੇ ਦੂਤ ਨੇ, ਕਿਸੇ ਸੂਬੇਦਾਰ ਨੇ ਕੋਈ ਪ੍ਰਪੋਜ਼ਲ ਲੈ ਕੇ ਕੋਈ ਗੱਲਬਾਤ ਕਰਨ ਵਾਸਤੇ ਸਾਨੂੰ ਅਪਰੋਚ ਨਹੀਂ ਕੀਤਾ। ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਇੰਡੀਵਿਜੁਅਲੀ ਪੁੱਛਦੇ ਨੇ, ਸਾਡੀ ਪਾਰਟੀ ਦੇ ਵਾਲੰਟੀਅਰਸ ਪੁੱਛਦੇ ਨੇ, ਸਾਡੇ ਆਪਣੇ ਕੋਈ ਹਿਤੈਸ਼ੀ ਤੇ ਹਮਦਰਦ ਦੁਨੀਆਂ ਭਰ ਚ ਬੈਠੇ ਪੁੱਛਦੇ ਨੇ। ਮੈਂ ਇੱਕ ਵਾਰ ਸਾਰਿਆਂ ਨੂੰ ਕੈਟੇਗੋਰੀਕਲੀ ਕਲੀਅਰ ਕਰਨਾ ਚਾਹੁੰਦਾ ਕਿ ਠੀਕ ਹੈ ਉਹ ਗਾਂਧੀ ਸਾਹਿਬ ਕੋ ਗਏ ਹੋਣਗੇ, ਛੋਟੇਪੁਰ ਸਾਹਿਬ ਕੋ ਗਏ ਹੋਣਗੇ, ਪਰੰਤੂ ਸਾਡੇ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਔਰ ਅਸੀਂ ਦੁਬਾਰਾ ਦੁਬਾਰਾ ਕਹਿੰਦੇ ਹਾਂ ਕਿ ਅਸੀਂ ਜਮਹੂਰੀ ਕਦਰਾਂ ਕੀਮਤਾਂ 'ਚ ਵਿਸ਼ਵਾਸ ਕਰਨ ਵਾਲੇ ਆਦਮੀ ਹਾਂ। ਜਿਹੜਾ ਸਵਰਾਜ ਉਹ ਛੱਡ ਚੁੱਕੇ ਨੇ, ਅਸੀਂ ਉਸ ਸਵਰਾਜ ਨੂੰ ਫੜਿਆ ਵਾ, ਅਸੀਂ ਉਸ ਸਵਰਾਜ ਦੇ ਆਧਾਰ ਦੇ ਉੱਤੇ ਬਠਿੰਡੇ ਦੀ ਕਨਵੈਨਸ਼ਨ ਵਿੱਚ ਮਤੇ ਪਾਸ ਕੀਤੇ ਨੇ। ਸਵਰਾਜ ਦਾ ਕੁੱਲ ਨਿਚੋੜ ਜੇ ਕੋਈ ਲਾਗੂ ਕਰ ਸਕਦਾ ਪੰਜਾਬ ਦੇ ਵਿੱਚ, ਅਸੀਂ ਲਾਗੂ ਕਰਾਂਗੇ। ਪਾਵਰ ਫਰੋਮ ਦ ਪੀਪਲ, ਪਾਵਰ ਟੂ ਦ ਪੀਪਲ, ਜੋ ਲੋਕ ਕਹਿਣਗੇ। ਜਿਹੜਾ ਉਹ ਬੇਸਿਕ ਇੱਕ ਮੁੱਦਾ ਸੀ ਨਾ ਜਿਹੜਾ ਛੱਡ ਚੁੱਕੇ ਆ ਆਮ ਆਦਮੀ ਪਾਰਟੀ, ਕਿ ਅਸੀਂ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਉਮੀਦਵਾਰ ਦਿਆ ਕਰਾਂਗੇ, ਉਹ ਤਾਂ ਦੇ ਚੁੱਕੇ ਨੇ ਤਿਲਾਂਜਲੀ। ਲੇਕਿਨ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਾਲੰਟੀਅਰਸ ਨੂੰ ਪੁੱਛ ਕੇ ਟਿਕਟਾਂ ਦੇਵੇ, ਬਨੌਟੀ ਨਹੀਂ, ਦਿਖਾਵੇ ਵਾਲੀਆਂ ਟਿਕਟਾਂ ਨਹੀਂ,
ਬਕਾਇਦਾ ਤੌਰ ਤੇ ਹਰ ਕੰਸਟੀਟਿਊਂਸੀ ਦਾ ਡਾਟਾਬੇਸ ਤਿਆਰ ਕਰਕੇ ਉੱਥੋਂ ਦੇ ਡਾਟਾਬੇਸ ਨੂੰ ਬੁਲਾ ਕੇ ਉੱਥੇ ਹੀ ਜਮਹੂਰੀ ਢੰਗ ਦੇ ਨਾਲ ਫੈਸਲਾ ਕਰਾ ਕੇ 117 ਹਲਕਿਆਂ ਦੀਆਂ ਸੀਟਾਂ ਦਾ ਇੱਕ ਦਿਨ ਵਿੱਚ ਐਲਾਨ ਕੀਤਾ ਜਾ ਸਕਦਾ। ਜਿੱਦਾਂ ਵਿਕਸਿਤ ਮੁਲਕਾਂ ਦੇ ਵਿੱਚ ਜਿਹੜੇ ਉੱਥੋਂ ਦੇ ਪਾਰਟੀਆਂ ਦੇ ਵਾਲੰਟੀਅਰਸ ਹੁੰਦੇ ਨੇ ਉਹ ਨੋਮੀਨੇਟ ਕਰਦੇ ਨੇ ਆਪਣੇ ਕੈਂਡੀਡੇਟ, ਉਸ ਪ੍ਰਕਿਰਿਆ ਨੂੰ ਅੰਜਾਮ ਦੇਣਗੇ। ਸੋ ਇੱਕ ਵਾਰ ਮੈਂ ਤੁਹਾਨੂੰ ਸਾਰਿਆਂ ਦੇ ਜ਼ਰੀਏ ਕਹਿਣਾ ਚਾਹੁੰਦਾ ਕਿ ਸਾਡੇ ਤਾਈਂ ਪਹੁੰਚ ਨਹੀਂ ਕੀਤੀ, ਪਰ ਅਸੀਂ ਖੁਸ਼ ਹਾਂ ਕਿ ਸਾਡੇ ਸਾਰਿਆਂ ਦੀ ਬਦੌਲਤ ਤੇ ਪੰਜਾਬੀਆਂ ਦਾ ਜਿਹੜਾ ਉਭਾਰ ਆਇਆ ਉਸ ਦੀ ਬਦੌਲਤ ਸਾਡੇ ਸਤਿਕਾਰਯੋਗ ਕੁਲੀਗਸ ਦੇ ਕੋਲ ਭੱਜੇ ਜਾਂਦੇ ਨੇ, ਹੱਥਾਂ ਪੈਰਾਂ ਦੀ ਪਈ ਹੋਈ ਹੈ। ਔਰ ਉਹੀ ਲੋਕ ਜਿਹੜੇ ਉਹਨਾਂ ਨੂੰ ਪਹਿਲਾਂ ਤੋਹੀਨ ਕਰਦੇ ਨੇ, ਕੱਢਦੇ ਨੇ ਪਾਰਟੀਆਂ ਚੋਂ, ਦੋ ਦੋ ਲੱਖ ਰੁਪਏ ਦਾ ਇਲਜ਼ਾਮ ਲਾ ਕੇ ਉਹ ਮਾਰਿਆ ਭਗਾ ਕੇ, ਗਾਂਧੀ ਸਾਹਿਬ ਵਰਗੇ ਇੱਕ ਬਾਦਲੀਲ ਬੰਦੇ ਨੂੰ 3-4 ਸਾਲ ਤੋਂ ਸਸਪੈਂਡ ਕੀਤਾ ਹੋਇਆ, ਮਿਸਟਰ ਖਾਲਸਾ ਮੈਂਬਰ ਪਾਰਲੀਮੈਂਟ ਨੂੰ ਸਸਪੈਂਡ ਕੀਤਾ ਹੋਇਆ, ਐਂਡ ਵੀ ਆਰ ਸੋ ਹੈਪੀ ਕਿ ਪੰਜਾਬ ਦੇ ਲੋਕਾਂ ਨੇ ਉਹ ਪ੍ਰੈਸ਼ਰ ਬਿਲਡ ਕੀਤਾ ਕਿ ਅੱਜ ਘਰ ਘਰ ਪਹੁੰਚਣ ਤੇ ਮਜਬੂਰ ਕਰ ਦਿੱਤਾ ਹੈ ਜਿਹੜੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਦੀ ਕਿਸੇ ਦੇ ਨਾਲ ਦੁਬਾਰਾ ਗੱਲ ਨਹੀਂ ਕੀਤੀ। ਔਰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇਸ ਦੇਸ਼ ਵਿੱਚ ਰਾਜਨੀਤਿਕ ਲੋਕਾਂ ਨੇ ਨੋਰਮਲ ਕੋਰਸ ਵਿੱਚ ਯੂਜ਼ ਐਂਡ ਥਰੋ ਦੀ ਪਾਲਿਸੀ ਚੱਲਦੀ ਰਹੀ ਹੈ, ਲੇਕਿਨ ਅਨਫੋਰਚੁਨੇਟਲੀ ਦਿਸ ਪਾਰਟੀ ਸਟਾਰਟਡ ਅ ਨਿਊ ਐਡਜੈਕਟਿਵ ਅਕੋਰਡਿੰਗ ਟੂ ਵਿੱਚ ਦੇ ਵੁੱਡ ਯੂਜ਼, ਦੇ ਵੁੱਡ ਥਰੋ ਐਂਡ ਆਲਸੋ ਡਿਸਟਰੋਏ ਦਾ ਪਰਸਨ। ਔਰ ਮਾਫ ਕਰਨਾ, ਸੁੱਚਾ ਸਿੰਘ ਦੀ ਨਾਲੋਂ ਜ਼ਿਆਦਾ ਡਿਸਟਰਕਸ਼ਨ ਦਾ ਸਬੂਤ ਨਹੀਂ ਦਿੱਤਾ ਜਾ ਸਕਦਾ। ਉਹਨੂੰ ਪੂਰਾ ਇਲੈਕਸ਼ਨ ਦੇ ਪੀਕ ਤੱਕ ਵਰਤ ਕੇ ਔਰ ਉਸ ਨੂੰ ਉਸ ਤੋਂ ਬਾਅਦ 2 ਲੱਖ ਰੁਪਏ ਦਾ ਇਲਜ਼ਾਮ ਲਾ ਕੇ ਛੋਟੇ ਪੁੱਤ ਨੂੰ ਉਹਦੀ ਤੋਹੀਨ ਕਰਕੇ ਉਸ ਨੂੰ ਕੱਢਿਆ ਔਰ ਫਿਰ ਇਨਸ਼ੋਰ ਕੀਤਾ ਕਿ ਉਹ ਡਿਸਟਰੋਏ ਹੋਵੇ, ਉਸਦੀ ਉਹਨੂੰ ਆਪਣੀ ਪਾਰਟੀ ਬਣਾਉਣ ਤੇ ਐਨ ਵਕਤ ਤੇ ਮਜਬੂਰ ਕੀਤਾ ਤੇ ਔਰ ਪਾਰਟੀਆਂ ਦੇ ਜਦੋਂ ਉਮੀਦਵਾਰਾਂ ਨੂੰ 5-5, 7-7 ਵੋਟ ਪਈ, ਇਟ ਵਾਸ ਦੇ ਡਿਸਟਰਕਸ਼ਨ, ਇਟ ਵਾਸ ਅ ਵੈਲ ਪਲੈਨਡ ਡਿਸਟਰਕਸ਼ਨ ਬਾਈ ਦੀ ਡੇਲੀ ਪੀਪਲ ਆਫ ਪੀਪਲ ਫਰੋਮ ਪੰਜਾਬ। ਔਰ ਸਾਨੂੰ ਖੁਸ਼ੀ ਆ ਕਿ ਪੰਜਾਬ ਦੇ ਗੈਰਤਮੰਦ ਲੋਕਾਂ ਨੇ ਪੰਜਾਬ ਦਾ ਪਤਾ ਦੱਸ ਦਿੱਤਾ ਕਿ ਪੰਜਾਬ ਦੇ ਲੋਕ ਕੌਣ ਨੇ, ਹੁਣ ਤੁਰੇ ਫਿਰਦੇ ਨੇ ਸਾਰਿਆਂ ਘਰਾਂ ਦੇ ਵਿੱਚ। ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਆਓ ਸਾਡੇ ਨਾਲ ਵੀ ਗੱਲ ਕਰਿਓ, ਅਸੀਂ ਕੋਈ ਭੱਜ ਕਿਸੇ ਗੱਲ ਤੋਂ, ਅਸੀਂ ਤੁਹਾਨੂੰ ਬਠਿੰਡੇ ਦੇ ਸ਼ੀਸ਼ੇ ਦਿਖਾਵਾਂਗੇ ਉਹ ਜਿਹੜਾ 50,000 ਆਦਮੀ ਨੇ ਮਤਾ ਪਾਸ ਕੀਤਾ ਨਾ, ਜਿਹੜਾ ਤੁਹਾਡੇ ਮੂੰਹ ਤੇ ਦਿਖਾਵਾਂਗੇ ਤੁਹਾਨੂੰ ਕੀ ਹੁੰਦਾ ਵਾ। ਔਰ ਅਸੀਂ ਖੁਦਮੁਖਤਿਆਰੀ ਇਸੇ ਸੂਬੇ ਦੇ ਵਿੱਚ, ਇਸੇ ਪਾਰਟੀ ਦੇ ਵਿੱਚ ਸਾਬਤ ਕਰਕੇ ਦਿਖਾਵਾਂਗੇ। ਔਰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਅਸੀਂ ਪਾਸ ਕੀਤੇ ਬਠਿੰਡੇ 'ਚ ਮਤੇ, ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਾ, ਉਹੀ ਸ਼ਬਦ ਮੈਂ ਦੁਬਾਰਾ ਰਿਪੀਟ ਕਰਦਾ, ਅਸੀਂ ਤਸ ਤੋਂ ਮਸ ਹੋਣ ਵਾਲੇ ਨਹੀਂ। 1 ਇੰਡੀਵਿਜੁਅਲ, 3 ਇੰਡੀਵਿਜੁਅਲ, 5 ਇੰਡੀਵਿਜੁਅਲ ਡੂ ਨਾਟ ਮੈਟਰ। ਵਾਟ ਮੈਟਰਸ ਟੂਡੇ ਇਜ਼ ਏ ਪ੍ਰਿੰਸੀਪਲ ਸਟੈਂਡ ਔਨ ਆਈਡੀਓਲੋਜੀ। ਅਗਰ ਜਿੱਦਾਂ ਸਿੱਧੂ ਸਾਹਿਬ ਨੇ ਕਿਹਾ ਕਿ ਖੁਦਮੁਖਤਿਆਰੀ ਦੀ ਗੱਲ ਮੰਨੀ ਜਾਂਦੀ ਆ, ਸਭ ਕੁਛ ਖਤਮ ਹੋ ਜਾਂਦਾ। ਲੈਟ ਦ ਪੰਜਾਬ ਲੀਡਰਸ਼ਿਪ ਡਿਸਾਈਡ ਕਿ ਕੌਣ ਇਹਦਾ ਸਟਰਕਚਰ ਹੋਊਗਾ, ਕੌਣ ਇਹਦਾ ਪ੍ਰੈਜ਼ੀਡੈਂਟ ਹੋਊਗਾ। ਲੈਟ ਆਲ ਦ 20 MLAs sit and decide who will be the leader of the opposition in Punjab. Why should WhatsApp do it? Why should a Twitter do it? Who has the authority? Who has given them this authority to tweet and appoint a new leader? Sab to zyada agar kise ne jamhooriyat de naal kahan kita te oda mazak udaya, oh is navi soch so called swaraj walyan ne udaya si, is layi assi khush ha ke oh aage ne, ਉਹਨਾਂ ਦੀ ਵਿਚਾਰਧਾਰਾ ਬਦਲ ਕੇ ਪੰਜਾਬ ਦੇ ਲੋਕਾਂ ਦੇ ਪੈਰਾਂ ਵਿੱਚ ਆ ਰਹੀ ਹੈ। ਔਰ ਇਸਦਾ ਸਿਹਰਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਸੀਂ ਦੇਣਾ ਚਾਹੁੰਦੇ, ਜਿਹੜਾ ਬਠਿੰਡੇ ਤੋਂ ਲੈ ਕੇ ਤੇ ਪਰਸੋਂ ਮਲੂਟ ਤੱਕ ਲੋਕਾਂ ਨੇ ਵੱਡੇ ਤਾਦਾਦ ਵਿੱਚ ਇਕੱਠ ਕਰਕੇ, ਇਹ ਤੁਹਾਡਾ ਸਾਰਿਆਂ ਦਾ ਪ੍ਰੈਸ਼ਰ ਆ ਜਿਹੜਾ ਅੱਜ ਰਾਜਨੀਤੀ ਨੂੰ ਪੰਜਾਬ ਦੇ ਵਿੱਚ ਲਾਈਨ ਦੇ ਉੱਤੇ
ਜੀ ਦੇ ਉੱਤੇ ਲੈ ਕੇ ਆਉਣ ਵਾਸਤੇ ਮਜਬੂਰ।